ਸਾਮਣ ਨੂੰ ਟੁੱਟਿਆ ਹੈ ਇੱਕ ਉਹ ਥੱਲੇ ਰੋਟਿਆ ਉਥੋਂ ਇਹ ਉਹ ਦੇ ਵਿੱਚ ਡਿੱ ਗਿਆ ਉਹ ਥੱਲੋਂ ਆਉਟ ਗਿਆ ਦੋ ਦਰਖਤ ਜੁਤੇ ਆਪਣੇ ਆਪ ਟੁੱਟਿਆ ਕੋਈ ਹਵਾ ਨਹੀਂ ਕੋਈ ਹਨੇਰੀ ਨਹੀਂ ਕੋਈ ਕੱਖਣੀ ਕਿਉਂਕਿ ਇਹ ਦਰਖਤ ਬਹੁਤ ਪੁਰਾਣੇ ਹੋ ਗਏਗੇ ਇਹ ਦਰਖਤ ਟੁੱਟ ਕੇ ਸਾਹ ਦੂਜੇ ਦਰਖਤ ਉੱਪਰ ਪਿਆ ਤੇ ਮੰਜਾਂ ਦੇ ਉੱਪਰ ਪਿਆ ਕਿਉਂਕਿ ਆਪਣੇ ਆਪ ਹੀ ਦਰਖਤ ਇੰਨਾ ਧੁਰਕ ਨੇ ਹੋ ਗਏਗੇ ਔਰ ਇੰਨੇ ਪੁਰਾਣੇ ਆ ਕਿ ਕੋਈ ਅੰਦਾਜ਼ਾ ਨਹੀਂ ਹੈ ਕਿਉਂਕਿ ਸਾਈਡਾਂ ਲੋਕਾਂ ਦੇ ਘਰ ਹੈ ਔਰ ਇਹ ਰਸਤਾ ਆਣੇ ਜਾਣੇ ਦਾ ਕਿਸੇ ਦੇ ਵਾਸਤੇ ਹੋ ਸਕਦਾ ਅੱਜ ਮਾਲੀ ਨੂੰ ਨੁਕਸਾਨ ਹੋਇਆ ਸਰ ਦੋਏ ਨੇ ਜਿਹਨੇ ਠਾਪ ਰਿਹਾ ਚ ਇਹ ਕਹਿੰਦੇ ਹਾਂ ਲੱਕੀ ਦੇ ਤੇ ਆ ਫੋਟੋ ਵਾਟੋ ਲੈ ਲਾਗਾ ਜਿ ਦਿਨ ਲਾ ਤਾਂ ਲੈ ਨੂੰ ਬਹੁਤ ਵਰ ਗਿਆ ਗੰਢੀ ਹੋ ਜਾਣਗੀ ਹਾਂ ਬਾਈ ਸਰ ਮੇਰਾ ਨਾਮ ਬਾਕਸਾਨ ਹੈ ਮੈਂ ਨਿਆਲ ਪਰ ਰੋਣਾ ਲੇਕਿਨ ਮਾਮਲਾ ਇਹ ਕਿ ਸਰ ਰਾਤ ਦੇ 3 ਵਜੇ ਇਹ ਦਰਖਤ ਜਿਹੜੇ ਆ ਇਹ ਹਵਾਬਨੀ ਜਲੀ ਨਾਰਮਲ ਬਾਦੇ ਕਾਰਨੇ ਡੰਗਰੇ ਉੱਪਰ ਡਿੱਗੇ ਔਰ ਉਹਦੇ ਕਾਰਨ ਤਰੇ ਡੰਗਰ ਜਿਹੜੇ ਆ ਉਹ ਬਿਲ ਜਖਮੀ ਹੋਈਏ ਔਰ ਮੇਰੀ ਇਹ ਰਿਕਵੈਸਟ ਹੈ ਡੀਸੀ ਕੋਠਾ ਜਗੇ ਕਿ ਗਰੀਬ ਹੈ ਵਿਚਾਰੇ ਆਪਣੇ ਮਾਲਮ ਵੇਸੀ ਪਾਲੀਏ ਆਪਣਾ ਖਰਚਾ ਚਲਾਉਂਦੇ ਆ ਔਰ ਇੰਦਾ ਬੜਾ ਨੁਕਸਾਨ ਹੋਇਆ ਹੈ ਤਾਂ ਕਿ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਔਰ ਇਹਨਾਂ ਦਰਖਤਾਂ ਦੀ ਜਿਹੜੀ ਉਹ ਕਟਾਈ ਕੀਤੀ ਜਾਵੇ ਕਿਉਂਕਿ ਅਸੀਂ ਕਈ ਵਾਰ ਅਗੇ ਵੀ ਮੈਂ ਮਹਿਕਵਾ ਫਾਰੈਸਟ ਕੀ ਆਖਿਆ ਕਿ ਇਹਨੇ ਦਰਖਤ ਤਿਆਰ ਹੈ ਪੂਰੀ ਤਰ੍ਹਾਂ ਨਾਲ ਇਹਦੀ ਕਟਾਈ ਕੀਤੀ ਜਾਵੇ ਲੇਕਿਨ ਉਥੇ ਨੇ ਵੀ ਸਾਡੀ ਗੱਲ ਪਰ ਗੌਰ ਨਹੀਂ ਕੀਤਾ ਔਰ ਮੈਂ ਇਹ ਰਿਕੁਐਸਟ ਕਰਨਾ ਡੀਸੀ ਕੋਠੂਆ ਕੇ ਕਿ ਇੱਕ ਬਿਚਾਰੇ ਗਰੀਬ ਗੁਜਰ ਹੈ ਆਪਣੇ ਦੁੱਧ ਵੇਚਦੇ ਆ ਔਰ ਆਪਣੇ ਮਾਲਮੂ ਵੇਸ਼ੀ ਪਾਲਦੇ ਔਰ ਆਪਣੇ ਬੱਚੇ ਦਾ ਗੁਜ਼ਾਰਾ ਕਰਦੇ ਆ ਲੇਕਿਨ ਇਹ ਅੱਜ ਡੰਗਰੇ ਦੇ ਇਲਾਕੇ ਨੂੰ ਟੁੱਟੇ ਲੇਕਿਨ ਇਹ ਸਾਡੇ ਖੁਦ ਦੇ ਆਪਣੇ ਜਿਹੜੇ ਆ ਅਸੀਂ ਆਪੂ ਜ਼ਖਮੀ ਆ ਇਹਦੇ ਕਾਰਨ ਮੇਰੀ ਇਹ ਰਿਕੁਐਸਟ ਹੈ ਡੀਸੀ ਕੋਠੂਆ ਕੇ ਕਿ ਸਾਡੇ ਜੋ ਮਾਲਮੂ ਵੇਸ਼ੀ ਹੈ इनके बचाव वास्तव जो ये दरख्त है ये कटाया जाए क्योंकि ये पूरी तरह ना तैयार है और ख़ास करके जो ट्राइबल अफेयर के साथ शाहिद इकबाल चौधरी है मैं उनके अगर भी रिक्वेस्ट करना कि वो अपनी कम्युनिटी का थोड़ा ध्यान रखन ताकि हमारे जो माल मवेशी है इनका थोड़ा ताकि बचाव हो सके लेकिन हमारे साथ जहाँ भी कभी हमारे कुल्ले जलाए जाते हैं किसी कारण कभी का दरख्त गिरे जाते हैं ऊपर और हमारा खास करके ध्यान दिया जाए मैं रिक्वेस्ट करता हूँ डी सी कठुआ के पूरी इंतजामिया कठुआ के कि जो इनका ये नुकसान हुआ है इसकी भरपाई की जाए और इनको इसका मुआवजा दिया जाए ताकि ये गरीब लोग अपना जो है जो रोजी रोटी का इनका जो मामला है ये चला सके सारा इलाके के लोग जो है वो गाँव से नडहाल हैं उनकी बुरी हालात है वो तमाम के तमाम लोग इधर पहुंचे जैसे सरपंच साहब पहुंचे हैं इन्होंने आके मौके पर खुद देखा है जो तीन भैंसें हैं वो बुरी तरह से जख्मी है और ख़ास करके जो जो इतने लंबे दरख़त है जो पूरे तैयार हैं ये खुद बहुत गिर रहे हैं नीचे और इनकी कटाई की जाए ताकि हमारा जो माल मवेशी है वो बच सके मेरी यही रिक्वेस्ट है डीसी सी कठुआ के आगे और पूरी इंतजामिया के आगे और खासकर कर गवर्नर मनोज सिन्हा के आगे कि वो हमारी जो एसटी कम्युनिटी है उस पर ध्यान दें ਚੇਰਲੀ ਚੇਰਲੀ ਕਿਹੜੀ ਹੈ ਗੱਲ ਲੱਸੀਪੁਰ ਇਹ ਦਰਖਤ ਟੁੱਟਿਆ ਸਾਡਾ ਨੁਸਖਾਨ ਬਹੁਤ ਜ਼ਿਆਦਾ ਹੋ ਗਿਆ ਤਿੰਨ ਮੀਆਂ ਵਿਚਾਰੀਆਂ जख्मी ਹੋ ਗਈਆਂ ਲੱਕ ਟੁੱਟ ਗਏ ਤਿੰਨਾਂ ਦੇ ਲੱਕ ਟੁੱਟ ਗਏ ਬਹੁਤ ਜ਼ਿਆਦਾ ਨੁਸਖਾਨ ਹੋ ਗਿਆ ਸਾਡੀ ਯਾਰਸ਼ਾ ਵੀ ਇਹ ਦਰਖਤ ਵੱਡੇ ਜਾਣ ਦਰਖਤ ਸਾਰੇ ਤਿਆਰ ਆ ਜੀ ਆਪਣੇ ਆਪ ਟੁੱਟਣ ਦੇ ਹੁਣ ਬਿਨਾਂ ਤੂਫਾਨ ਤੋਂ ਟੁੱਟੇ ਹੋਰ ਕਦਰਵਾ ਜੀ ਅੱਗੇ ਸਾਡੇ ਘਰਵਾ ਉੱਥੇ ਘਰ ਦੇ ਲਾਗੇ ਉਹ ਵੀ ਬਹੁਤ ਜ਼ਿਆਦਾ ਕਦਰਵਾ ਮੈਂ ਸਰਪੰਚ ਲੱਸੀਪੁਰ ਅੱਜ ਸਵੇਰੇ 4 ਵਜੇ ਇਹਨਾਂ ਦਾ ਫੋਨ ਗਿਆ ਕਿ ਇੱਕ ਦਰਖਤ ਸਫੇਦਾ ਜਿਹੜਾ ਉਹ ਮੱਝਾਂ ਦੇ ਉੱਤੇ ਡਿੱਗ ਗਿਆ ਤੇ ਮੱਝਾਂ ਦੇ ਜਿਹੜੇ ਨੇ ਲੱਕ ਟੁੱਟ ਗਏ ਇਹ ਮੱਝਾਂ ਉੱਠ ਨਹੀਂ ਸਕਦੀਆਂ ਇਹ ਲੱਕ ਜਿਹੜਾ ਟੁੱਟਿਆ ਇਹ ਮੱਝਾਂ ਦਾ ਨਹੀਂ ਟੁੱਟਿਆ ਇਹ ਇਹਨਾਂ ਗਰੀਬ ਲੋਕਾਂ ਦਾ ਟੁੱਟਿਆ ਕਿਉਂਕਿ ਦੁੱਧੂ ਤੋਂ ਹੀ ਇਹਨਾਂ ਦਾ ਗੁਜ਼ਾਰਾ ਤੇ ਇੱਕ ਇੱਕ ਮੱਝ ਜਿਹੜੀ ਇਹਨਾਂ ਦੀ 1 ਲੱਖ-ਲੱਖ ਰੁਪਏ ਦੀ ਮੱਝ ਔਰ ਜੰਗਲਾਤ ਮਹਿਕਮੇ ਨੂੰ ਦੋ ਤਿੰਨ ਵਾਰ ਪਹਿਲਾਂ ਵੀ ਇਹਨਾਂ ਦੇ ਜਿਹੜੇ ਮੁਲਾਜ਼ਮ ਨੇ ਇਹਨਾਂ ਨੂੰ ਕਿਹਾ ਭਈ ਇਹ ਬਹੁਤ ਪੁਰਾਣੇ ਦਰਖਤ ਨੇ ਕਿ ਜਿਹੜੇ ਇਹਨਾਂ ਦੀ ਕਟਾਈ ਕੀਤੀ ਜਾਏ ਕਾਲ ਨੂੰ ਇਹ ਮੰਦਰ ਤੋਂ ਲੈ ਕੇ ਇਥੇ ਦੋ ਤਿੰਨ ਘਰ ਵੀ ਪੈਂਦੇ ਨੇ ਅਗਰ ਹੋਰ ਦਰਫਾ ਡਿੱਗਣਗੇ ਤੇ ਹੋਰ ਜ਼ਿਆਦਾ ਨੁਕਸਾਨ ਹੋਏਗਾ ਤੇ ਡੀਸੀ ਸਾਹਿਬ ਅੱਗੇ ਸਾਡੀ ਇਹ ਗੁਜ਼ਾਰਸ਼ ਹੈ ਕਿ ਫੋਰੈਸਟ ਡਿਪਾਰਟਮੈਂਟ ਨੂੰ ਕਿ ਕਿਹਾ ਜਾਏ ਕਿ ਇਧਰ ਵੀ ਇੱਕ ਰੌਂਡ ਲਗਾਉਣ ਤੇ ਦੇਖਣ ਕਿ ਸਫੇਦੇ ਜਿਹੜੇ ਬਿਨਾ ਅੰਧੇਰੀ ਤੋਂ ਆਪਣੇ ਆਪ ਹੀ ਡਿੱਗ ਰਹੇ ਆ ਤੇ ਮੈਂ ਸਵੇਰੇ ਆਇਆ ਇਥੇ 4 ਵਜੇ ਲੇਕਿਨ ਮੱਝਾਂ ਥੱਲੋਂ ਬਹੁਤ ਬੁਰੀ ਹਾਲਾਤ ਨਾਲ ਜਿਹੜੀਆਂ ਦਰਖਤ ਦੇ ਥੱਲੇ ਦਬੀਆਂ ਸਨ ਤੇ ਆਰਾ ਲੈ ਕੇ ਉਹਨਾਂ ਦੀਆਂ ਮੱਝਾਂ ਕੱਢੀਆਂ ਨੇ ਲੇਕਿਨ ਉਹ ਮੱਝਾਂ ਜਿਹੜੀਆਂ ਤਿੰਨੇ ਨੇ ਨਾ ਉਹ ਮਰਨ ਵਿੱਚ ਨੇ ਤੇ ਨਾ ਉਹ ਜੀਣ ਵਿੱਚ ਨੇ 3 ਦੇ ਲੱਕ ਟੁੱਟ ਗਏ ਨੇ ਤੇ ਉਹ ਵਿਚਾਰੇ ਇਸ ਗਰੀਬ ਦਾ ਵੀ ਲੱਕ ਟੁੱਟ ਗਿਆ ਤੇ ਮੇਰੀ ਇਹ ਹੀ ਗੁਜਾਇਸ਼ ਹੈ ਕਿ ਬਾਕੀ ਹੁਣ ਅੱਗੇ ਤੋਂ ਲੈ ਕੇ ਦੁਬਾਰਾ ਕੋਈ ਐਸਾ ਹਾਸਾ ਜਿਹੜਾ ਇਸ ਇਲਾਕੇ ਵਿੱਚ ਨਾ ਹੋਏ ਤੇ ਇਸ ਦਾ ਇੱਕ ਜੰਗਲਾਤ ਵਿਭਾਗ ਅਗੇ ਮੇਰੀ ਅਪੀਲ ਹੈ ਕਿ ਜਿਹੜੇ ਪੁਰਾਣੇ ਦਰਖਤ ਨੇ ਇਹਨਾਂ ਸਾਰਿਆਂ ਦੀ ਕਟਾਈ ਕੀਤੀ ਜਾਵੇ ਇਹ ਰਾਹ ਇੰਨਾ ਚੱਲਦਾ ਕਿ ਕੋਈ ਵੀ ਇਧਰ ਜਿੰਨੇ ਵੀ ਪਿੰਡ ਪੈਂਦੇ ਨੇ ਸਾਰੇ ਇਸੇ ਰਸਤੇ ਚੱਲਦੇ ਨੇ ਕੱਲ ਨੂੰ ਕੋਈ ਟਰੱਕ ਥੱਲੇ ਆ ਜਾਏਗਾ ਉਹ ਲੋਏ ਦਰਖਤ ਸਾਰੇ ਡਿੱਗਣ ਲੱਲੇ ਨੇ ਇੱਥੇ ਕਾਟ ਤੂ ਕਾਟ ਕੋਈ 5000 ਦਰਖਤ ਹੈ ਜਿਹੜਾ ਇੰਨਾ ਪੁਰਾਣਾ ਹੋ ਚੁੱਕਿਆ ਕਿ ਜਿਸ ਦੀ ਇਹ ਕਟਾਈ ਬਹੁਤ ਦੇਰ ਤੋਂ ਨਹੀਂ ਹੋਈ ਔਰ ਨਾਲ ਹੀ ਸਾਡੇ ਪਿੰਡ ਦੇ ਨਾਲ ਇੱਕ ਮੰਦਿਰ ਹੈ ਇਸ ਮੰਦਿਰ ਕੋਲ ਹੀ ਬੜੇ ਬੜੇ ਬੂਟੇ ਨੇ ਤੇ ਬਹੁਤ ਸੰਗਤ ਆਂਦੀ ਹੈ ਇਸ ਮੰਦਿਰ ਤੇ ਕੱਲ ਨੂੰ ਐਸਾ ਨਾ ਹੋਏ ਕੋਈ ਐਸਾ ਦਰਖਤ ਡਿੱਗੇ ਔਰ ਕੋਈ ਜਾਂ ਆਦਮੀਆਂ ਦੇ ਕੋਈ ਨੁਕਸਾਨ ਹੋ ਜਾਏ ਤੇ ਫੇਰ ਕੱਲ ਨੂੰ ਪਛਤਾਣਾ ਪੈ ਜਾਏ ਇਸ ਕਰਕੇ ਮੇਰੀ ਇਹ ਹੀ ਅਪੀਲ ਹੈ ਕਿ ਜਿਤਨੀ ਜਲਦੀ ਹੋ ਸਕਦਾ ਤੇ ਇਹਨਾਂ ਦੀ ਕਟਾਈ ਕੀਤੀ ਜਾਏ ਲਿਸ਼ੀਪੁਰ ਕੀ ਮਸਲਾ ਹੈ ਅੱਜ ਇਹ ਗੁਜਰੇ ਦਾ ਘਰ ਸਫੇਦਾਂ ਪਿਆ ਐ ਡਾ ਵੱਡਾ ਤੇ ਕਿੰਨਾ ਨੁਕਸਾਨ ਹੋਇਆ ਹੁੰਦੀ ਮੰਝੇ ਦੀਆਂ ਲੱਤਾਂ ਟੁੱਟੀਆਂ ਹੀਆਂ ਚੂਲੇ ਟੁੱਟੀਆਂ ਹੁੰਦੇ ਤੇ ਅਸੀਂ ਵੀ ਨੁਕਸਾਨ ਆ ਸਾੜਾ ਵੀ ਇਹ ਮਕਾਨ ਆ ਇੰਨੇ ਸਫੇਦੇ ਨਾਲ ਅਸੀਂ ਇੱਕ ਦੋ ਵਾਰੀ ਐਪਲੀਕੇਸ਼ਨ ਵੀ ਦਿੱਤੀ ਕੋਈ ਇੱਥੇ ਵੱਡਣ ਨਹੀਂ ਆਇਆ ਨੰਬਰ ਵੀ ਲਾਈਏ ਇੱਥੇ ਤੇ ਨਹੀਂ ਆਏ ਵੱਡਣ ਕਿੰਨਾ ਖਤਰਾ ਤੁਹਾਨੂੰ ਅਸੀਂ ਇੰਨਾ ਖਤਰਾ ਹੈ ਡੇਡੇ ਸਫੇਦੇ ਨਾਲ ਅਸੀਂ ਇੰਨਾ ਖਤਰਾ ਹੈ ਆਸਾ ਇਹ ਆਹਨੇ ਆਪਣਾ ਡੀਸੀ ਸਾਹਿਬ ਹੁੰਦੇ ਆਸਾ ਵਾਲਾ ਇਹ ਸਾੜਿਆ ਲੱਗ ਗਿਆ ਵੱਡੀ ਉਹਨੇ ਸਵੇਦੇ ਸਫਾਈ ਕਰੀ ਉਹਨੇ ਸੁਨਹਿਰੀ ਆਵਾਜ਼ ਚਲਦੀ ਤਾਂ ਡਰ ਗਿਆ ਲੱਗਦਾ ਸੀ